ਜ਼ਮੀਨਾਂ ਦੀਆਂ ਕੀਮਤਾਂ ਵਧਣ ਅਤੇ ਦਿਨ ਪਰ ਦਿਨ ਵਾਤਾਵਰਣ ਸੰਬੰਧੀ ਨਿਯਮਾਂ ਦੇ ਸਖਤ ਹੋਣ ਕਾਰਨ ਨਿਊਜ਼ੀਲੈਂਡ ਵਿੱਚ ਅਰਬਨ ਫਾਰਮਿੰਗ ਦਾ ਰੁਝਾਨ ਉੱਭਰ ਰਿਹਾ ਹੈ। ਲੋਕ ਵੇਅਰਹਾਊਸ, ਸ਼ਿਪਿੰਗ ਕੰਟੇਨਰਸ ਅਤੇ ਇੱਥੋਂ ਤੱਕ ਕਿ ਵੱਡੇ ਨਾਈਟ ਕਲੱਬਸ ਵਿੱਚ ਵੀ ਸਬਜ਼ੀਆਂ ਉਗਾ ਰਹੇ ਨੇ। ਅਰਬਨ ਫਾਰਮਿੰਗ ਲਈ ਪੈਡਡੌਗਸ, ਮਿੱਟੀ, ਧੁੱਪ ਜਾਂ ਕੀਟਨਾਸ਼ਕਾਂ ਦੀ ਲੋੜ ਨਹੀਂ ਪੈਂਦੀ। वेलिंगटन के कार्बन फार्म विच 30 तरह के माइक्रोग्रीन पौधे लगाए गए ने, जिन्हां विच माइक्रो बेजल, माइक्रो ब्रोकली, माइक्रो पाक चोई, रेनबो रेडिश और चाइना रोज रेडिश शामिल है। 26 सीजनस के को फाउंडर ल्यूसी मैथिसन का कहना है कि अर्बन फार्मिंग आने वाले भविख का हिस्सा होना चाहिए है। आने वाली पीढ़ियों भोजन देने लिए साढ़े को रवायती तौर पर खेती करना जारी रखने लिए लोड़ीदा लैंडमार्क नहीं है। ਤੁਹਾਨੂੰ ਇੱਥੇ ਦੱਸ ਦਈਏ ਕਿ ਇੰਗਲੈਂਡ ਵਰਗੇ ਮੁਲਕਾਂ ਵਿੱਚ ਅਰਬਨ ਫਾਰਮਿੰਗ ਕਾਫੀ ਮਸ਼ਹੂਰ ਹੈ ਅਤੇ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।